ਗੱਲ ਕਰਾਂਗੇ ਪੰਜਾਬ ਬੋਰਡ ਦੀ। ਦੱਸ ਦਈਏ ਕਿ ਪੰਜਾਬ ਬੋਰਡ ਨੇ ਆਪਣੀ ਪ੍ਰੀਖਿਆ ਦੀ ਡੇਟ ਸ਼ੀਟ ਦੇ ਵਿੱਚ ਬਦਲਾਅ ਕੀਤਾ। PSEB ਦੇ ਵੱਲੋਂ ਆਪਣੀ ਪ੍ਰੀਖਿਆ ਦੀ ਡੇਟ ਸ਼ੀਟ ਬਦਲੀ ਗਈ ਹੈ। ਸੋ ਪ੍ਰੀਖਿਆ ਦੀ ਡੇਟ ਸ਼ੀਟ ਬਦਲੀ ਗਈ ਹੈ, ਵੱਡੀ ਖਬਰ ਦੀ ਗੱਲ ਕਰ ਰਹੇ ਹਾਂ। 12ਵੀਂ ਜਮਾਤ ਦੀ ਡੇਟ ਸ਼ੀਟ ਬਦਲ ਦਿੱਤੀ ਗਈ ਹੈ। 12ਵੀਂ ਜਮਾਤ ਦੀ ਇਹ ਡੇਟ ਸ਼ੀਟ ਬਦਲੀ ਗਈ ਹੈ। 1 ਅਪ੍ਰੈਲ ਨੂੰ ਦੱਸ ਦਈਏ ਹੋਣ ਵਾਲਾ ਪੇਪਰ ਜਿਹੜਾ ਉਹ 3 ਅਪ੍ਰੈਲ ਨੂੰ ਹੋਏਗਾ। ਇਸ ਚਿੱਠੀ ਦੇ ਰਾਹੀਂ ਤੁਸੀਂ ਵੇਖ ਸਕਦੇ ਹੋ ਜਿਸ ਦੇ ਵਿੱਚ ਸਾਫ਼ ਤੌਰ 'ਤੇ ਜਾਣਕਾਰੀ ਸਾਹਮਣੇ ਆਈ ਹੈ। 12ਵੀਂ ਜਮਾਤ ਦੀ ਵੱਲੋਂ ਇਹ ਡੇਟ ਸ਼ੀਟ ਦੇ ਵਿੱਚ ਬਦਲਾਅ ਕੀਤਾ ਗਿਆ। 1 ਅਪ੍ਰੈਲ ਨੂੰ ਹੋਣ ਵਾਲਾ ਪੇਪਰ ਹੁਣ 3 ਅਪ੍ਰੈਲ ਨੂੰ ਹੋਏਗਾ। ਅਤੇ ਸਾਡੇ ਨਾਲ ਪੱਤਰਕਾਰ ਮੋਹਾਲੀ ਤੋਂ ਜਤਿੰਦਰ ਸੱਭਰਵਾਲ ਮੌਜੂਦ ਨੇ। ਜੀ ਜਤਿੰਦਰ, ਜਾਣਕਾਰੀ ਚਾਹਾਂਗੇ ਫਿਲਹਾਲ ਡੇਟ ਸ਼ੀਟ ਦੇ ਬਾਬਤ। ਦੇਖੋ ਗੁਰਜੋਤ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਜਿਹੜੀ 12ਵੀਂ ਕਲਾਸ ਦੀਆਂ ਐਗਜ਼ਾਮ ਜਿਹੜੇ ਆ ਮਾਰਚ ਮਹੀਨੇ ਲਏ ਜਾਣੇ ਸਨ, ਉਹਦੇ ਵਿੱਚ ਬਦਲਾਵ ਕੀਤੇ ਗਏ ਨੇ। ਔਰ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਗੁਰਜੋਤ ਇਹ ਬਦਲਾਵ ਆ ਸਿਰਫ ਆਰਟਸ ਵਿਸ਼ੇ ਵਾਸਤੇ ਹੀ ਕੀਤੇ ਗਏ ਨੇ, ਮੈਡੀਕਲ, ਨੋਨ ਮੈਡੀਕਲ, ਮੈਡੀਕਲ, ਕਮਰਸ ਵਿਸ਼ਿਆਂ ਵਾਸਤੇ ਨਹੀਂ ਕੀਤੇ ਗਏ। ਜਿਹਦੇ ਵਿੱਚ ਜੋਗ੍ਰਾਫੀ ਤੇ ਹਿਸਟਰੀ ਦੋਨਾਂ ਦੀ ਜਿਹੜੀ ਇਹਨਾਂ ਨੇ ਡੇਟ ਸ਼ੀਟ ਹੈਗੀ ਆ ਚੇਂਜ ਕਰਤੀ ਆ। ਔਰ ਜਦਕਿ ਹਿਸਟਰੀ ਦੀ ਪ੍ਰੀਖਿਆ ਜਿਹੜੀ ਪਹਿਲਾਂ 12 ਮਾਰਚ ਨੂੰ ਹੋਣੀ ਸੀਗੀ, ਉਸਦੀ ਜਿਹੜੀ ਡੇਟ ਹੈਗੀ ਆ ਉਹ ਚੇਂਜ ਕਰਕੇ ਇਹਨਾਂ ਨੇ 1 ਅਪ੍ਰੈਲ ਕਰਤੀ ਆ। ਇਸੇ ਤਰੀਕੇ ਨਾਲ ਜਿਹੜੀ ਜੋਗ੍ਰਾਫੀ ਦੀ ਪ੍ਰੀਖਿਆ 27 ਅਪ੍ਰੈਲ ਨੂੰ ਸੀਗੀ, ਉਸਦੀ ਜਿਹੜੀ ਡੇਟ ਹੈਗੀ ਆ। ਅੱਛਾ ਜਤਿੰਦਰ, ਇਸ ਦਾ ਕਾਰਨ ਕੀ ਕੁਝ ਵੱਡਾ ਮੰਨਿਆ ਜਾ ਸਕੇ ਜਾਂ ਫਿਰ ਪ੍ਰੋਸੈਸ? ਦੇਖੋ, ਜੋ ਅੰਦਰੂਨੀ ਸੂਤਰੋਂ ਤੋਂ ਪਤਾ ਲੱਗਿਆ ਵਾ, ਕਿਉਂਕਿ ਕੰਟਰੋਲਰ ਤੋਂ ਲੈ ਕੇ ਚੇਅਰਮੈਨ ਤੱਕ ਜੀ ਸਭ ਇਹ ਲਵਾਰਸ ਚੱਲੇ ਆ ਰਿਹਾ ਵਾ। ਇੱਥੇ ਨਾ ਤੇ ਐਜੂਕੇਸ਼ਨ ਬੋਰਡ ਦਾ ਕੋਈ ਚੇਅਰਮੈਨ ਆ, ਨਾ ਐਜੂਕੇਸ਼ਨ ਬੋਰਡ ਦਾ ਕੋਈ ਸੈਕਟਰੀ ਆ, ਨਾ ਹੀ ਕੋਈ ਆਰਜੀ ਤੌਰ ਤੇ ਕੰਟਰੋਲਰ ਲਾਇਆ ਹੋਇਆ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਰਿਜ਼ਲਟ ਨੂੰ ਟਾਈਮ ਸਿਰ ਲਿਆਣਾ ਹੁੰਦਾ ਵਾ। ਕੁਝ ਹੋਰ ਕਾਰਨਾਂ ਕਰਕੇ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਆ ਉਹਨਾਂ ਦਾ ਵੀ ਬਾਈਕਾਟ ਕਰਨ ਦੀ ਗੱਲ ਚੱਲੀ ਸੀਗੀ, ਜਿਹੜਾ ਵੀ ਆਪਾਂ ਜਿਹੜਾ ਇਹਨਾਂ ਵੱਲੋਂ ਕੋਆਪਰੇਟ ਨਹੀਂ ਹੋ ਰਿਹਾ, ਕੁਝ ਮੰਗਾਂ ਸੀਗੀਆਂ ਉਸ ਨੂੰ ਲੈ ਕੇ ਵੀ ਕੋਟੇਸ਼ਨ ਚੱਲਦੀ ਪਈ ਸੀ, ਜਿਸ ਨੂੰ ਲੈ ਕੇ ਜਿਹੜੇ ਪ੍ਰਾਈਵੇਟ ਸੈਂਟਰ ਬਣਦੇ ਨੇ, ਜਿਸ ਨੂੰ ਲੈ ਕੇ ਵੀ ਕਈ ਵਾਰ ਪ੍ਰਾਈਵੇਟ ਸਕੂਲ ਵਾਲਿਆਂ ਨੇ ਨਾ ਕਰ ਦਿੱਤੀ ਸੀਗੀ। ਪਰ ਇਸ ਤਰ੍ਹਾਂ ਇਹਨਾਂ ਦਾ ਆਪਸ ਵਿੱਚ ਜੋ ਸਮਝੌਤਾ ਹੋਇਆ, ਜਿਸ ਨੂੰ ਲੈ ਕੇ ਅੰਦਰੂਨੀ ਤੌਰ ਤੇ ਜੇ ਡੇਟ ਸ਼ੀਟ ਜਿਹੜੀ ਆ ਉਹ ਅੱਗੇ ਪਿੱਛੇ ਕਰਨੀ ਪਈ। ਇਹ 2 ਕਾਰਨ ਆ ਜੀ। ਠੀਕ ਹੈ, ਠੀਕ ਹੈ, ਸ਼ੁਕਰੀਆ ਫਿਲਹਾਲ ਜਤਿੰਦਰ, ਬਹੁਤ ਬਹੁਤ ਜੁੜਨ ਦੇ ਲਈ। ਸੋ 1 ਅਪ੍ਰੈਲ ਨੂੰ ਹੋਣ ਵਾਲਾ ਪੇਪਰ 3 ਅਪ੍ਰੈਲ ਨੂੰ ਹੋਏਗਾ, ਉਸ ਤੋਂ ਅੱਗੇ ਵੀ ਜਿਹੜੇ ਪੇਪਰ ਹੋਣੇ ਸੀਗੇ ਉਹ ਅੱਗੇ ਤੋਂ ਅੱਗੇ ਜਿਹੜੇ ਨੇ ਉਹ ਪ੍ਰੀਪੋਨ ਕਰ ਦਿੱਤੇ ਗਏ। ਕੀ ਤੁਸੀਂ 12ਵੀਂ 2015, 2016 ਜਾਂ 2017 'ਚ ਪਾਸ ਕੀਤੀ ਹੈ? ਤੁਹਾਨੂੰ ਲੱਗਦਾ ਤੁਹਾਡਾ ਪੜ੍ਹਾਈ ਤੋਂ ਬਾਅਦ ਗੈਪ ਪੈ ਗਿਆ ਅਤੇ ਰਿਜੈਕਸ਼ਨ ਹੋਣ ਦੇ ਡਰ ਤੋਂ ਤੁਹਾਡਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾ ਰਿਹਾ? ਹੁਣੇ ਫੋਨ ਚੱਕੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ESS ਗਲੋਬਲ ਦੇ ਕੈਨੇਡਾ ਸੈਮੀਨਾਰ ਦਾ ਹਿੱਸਾ